2 ਦਿਨ ਪਹਿਲਾਂ ਖਰੜ 'ਚ ਇੱਕ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿੱਥੇ ਕਿ ਇੱਕ ਡਰੱਗ ਇੰਸਪੈਕਟਰ ਦੀ ਦਿਨ ਦਿਹਾੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਲੇਕਿਨ ਵੇਖਣ ਵਾਲੀ ਗੱਲ ਇਹ ਹੈ ਕਿ ਜਿਹੜਾ ਕਿ ਹਮਲਾਵਰ ਸੀਗਾ ਬਲਵਿੰਦਰ ਸਿੰਘ, ਉਹਨੇ ਆਪਣੇ ਆਪ ਨੂੰ ਵੀ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਖੁਦ ਹੀ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਵੀ ਕਰ ਲਈ। ਅਤੇ ਇਹੋ ਜਿਹੀ ਕਿਹੜੀ ਮਾਨਸਿਕ ਤਣਾਅ ਸੀਗਾ, ਇਹੋ ਜਿਹਾ ਕਿਹੜਾ ਮੈਂਟਲ ਪ੍ਰੈਸ਼ਰ ਸੀਗਾ ਜਿਹਦੇ ਕਰਕੇ ਇਹੋ ਜਿਹਾ ਕੁਛ ਕਰਨਾ ਪਿਆ, ਇਹੋ ਜਿਹਾ ਕਦਮ ਚੱਕਣਾ ਪਿਆ ਬਲਵਿੰਦਰ ਸਿੰਘ ਨੂੰ, ਉਹ ਜਾਣਨ ਦੀ ਕੋਸ਼ਿਸ਼ ਕਰਨ ਲਈ ਅਸੀਂ ਪਹੁੰਚੇ ਬਲਵਿੰਦਰ ਸਿੰਘ ਜੀ ਦੇ ਘਰ। ਸਾਡੇ ਨਾਲ ਮੌਜੂਦ ਨੇ ਬਲਵਿੰਦਰ ਸਿੰਘ ਜੀ ਦੀ ਵਾਈਫ। ਮਾਤਾ ਜੀ, ਸਾਨੂੰ ਦੁੱਖ ਹੈ ਬਹੁਤ ਕਿ ਤੁਸੀਂ ਆਪਣੇ ਇੱਕ ਪਰਿਵਾਰ ਦਾ ਮੈਂਬਰ ਖੋਇਆ, ਤੁਹਾਡੇ ਪਤੀ ਨਹੀਂ ਰਹੇ, ਬੱਚਿਆਂ ਦੇ ਸਿਰ ਤੋਂ ਇੱਕ ਪਿਓ ਦਾ ਹੱਥ ਉੱਠ ਗਿਆ। ਲੇਕਿਨ ਸਭ ਤੋਂ ਪਹਿਲਾਂ ਇਹ ਇੱਕ ਸਵਾਲ ਹੈ ਮੇਰਾ ਕਿ ਤੁਹਾਨੂੰ ਪਤਾ ਕਦੋਂ ਲੱਗਿਆ ਕਿ ਇਹੋ ਜਿਹਾ ਕੁਛ ਹੋਇਆ, ਇਹੋ ਜਿਹਾ ਭਾਣਾ ਵਾਪਰਿਆ? ਸਾਡੇ ਕੋਲ ਤਾਂ ਜਦੋਂ 2:30 ਵਜੇ ਆ ਕੇ ਕਿਸੇ ਨੇ ਕਿਹਾ ਕਿ ਐਕਸੀਡੈਂਟ ਹੋ ਗਿਆ, ਜਾਓ ਦੇਖਿਆ, ਤੁਹਾਨੂੰ ਬੁਲਾਉਂਦੇ ਹਾਂ, ਮੈਂ ਤਾਂ ਉਸ ਟਾਈਮ ਭੱਜੀ ਗਈ ਹਾਂ, ਖਰੜ ਗਏ, ਉੱਥੇ ਕੁਛ ਨਹੀਂ ਪਤਾ ਲੱਗਿਆ, ਪੁੱਛੀ ਗਏ ਕਿੱਥੇ ਕਿੱਥੇ ਕਿੱਥੇ, PGI ਗਏ, PGI ਨਾ ਮਿਲੇ, ਉੱਥੇ ਟੋਲਦੇ ਰੋਂਦੇ ਖਲਾਉਂਦੇ, ਰਾਤ ਨੂੰ 9 ਵਜੇ ਘਰ ਆ ਗਏ, ਕੋਈ ਪਤਾ ਨਹੀਂ ਲੱਗਿਆ। ਰਾਤ ਉਹ ਸਾਰੀ ਰਾਤ ਮੈਂ ਤਾਂ ਅਰਦਾਸਾਂ ਕਰਦੀ ਰਹੀ, ਰੱਬਾ ਜਿੱਥੇ ਵੀ ਹੈ ਜਾਨ ਬਚ ਜੇ, ਮੈਨੂੰ ਐਕਸੀਡੈਂਟ ਹੀ ਪਤਾ ਸੀ, ਇਹ ਵਾਰਦਾਤ ਦਾ ਸਾਨੂੰ ਕੋਈ ਖਬਰ ਨਹੀਂ ਸੀ, ਨਾ ਹੀ ਸਾਨੂੰ ਅਸੀਂ ਸੁਣਿਆ, ਨਾ ਸਾਡੇ ਘਰ TV, ਨਾ ਅਸੀਂ ਫੋਨਾਂ ਵੱਲ ਇੰਨਾ ਧਿਆਨ, ਅਸੀਂ ਤਾਂ ਕੋਈ ਇਹੋ ਜਿਹਾ ਦੇਖਿਆ ਨਹੀਂ ਤਾਂ। ਤੁਸੀਂ ਨਾਲ ਰਹੇ ਹੋ ਉਹਨਾਂ ਦੇ, ਉਹਨਾਂ ਦਾ ਸੁਭਾਅ ਤੁਸੀਂ ਵੇਖਿਆ? 6 ਵਜੇ ਮੈਂ ਤਾਂ ਅਖਬਾਰ 'ਚ ਕਮਰੇ ਪੜੀ, 6 ਵਜੇ ਮੈਨੂੰ ਤਾਂ ਕਿਧਰੇ ਨਹੀਂ ਪਤਾ ਲੱਗਿਆ, ਮੈਂ ਤਾਂ ਖਬਰ ਪੜ ਕੇ ਮਿਟਣ ਲੱਗੀ, ਮੇਰਾ ਵੀ ਨਹੀਂ ਹੈ, ਕਿਆ ਬਣ ਗਿਆ, ਇਹ ਕਿੱਥੇ ਚਲੇ ਗਿਆ ਜੀ, ਮੈਨੂੰ ਨਹੀਂ ਸੀ ਪਤਾ, ਨਾ ਹੀ ਕਦੇ ਕੋਈ ਗੱਲ ਹੋਈ, ਅਸੀਂ ਤਾਂ ਬਰਬਾਦ ਹੋ ਗਏ, ਹਾਏ ਉਹਦਾ ਵੀ ਨਹੀਂ ਸੀ ਪਤਾ ਕੌਣ ਹੈ ਨੇਹਾ। ਕਦੇ ਜਿਹੜੇ ਕਿ ਡਰੱਗ ਇੰਸਪੈਕਟਰ ਨੇ ਨੇਹਾ ਸੂਰੀ, ਤੁਸੀਂ ਕਦੇ ਨਾ ਸੁਣਿਆ ਨੇਹਾ ਸੂਰੀ ਦਾ? ਸੁਣਿਆ ਕਦੇ। ਕਿਹਾ ਜਾ ਰਿਹਾ ਜੀ 10 ਸਾਲ ਪਹਿਲਾਂ ਤੁਹਾਡੇ ਇੱਕ ਮੈਡੀਕਲ ਸਟੋਰ ਸੀਗਾ ਜਿਹਦੇ ਉੱਤੇ ਛਾਪਾ ਮਾਰਿਆ ਗਿਆ ਸੀਗਾ ਨੇਹਾ ਸੂਰੀ ਵੱਲੋਂ, ਅਤੇ ਤੁਹਾਨੂੰ ਕੀ ਲੱਗਦਾ, ਲੋਕਾਂ ਦਾ ਵੀ ਇਹੀ ਕਹਿਣਾ ਕਿ ਰੰਜਿਸ਼ ਕਰਕੇ ਬਲਵਿੰਦਰ ਸਿੰਘ ਜੀ ਨੇ ਇਹ ਕਦਮ ਚੁੱਕਿਆ, ਤੁਹਾਨੂੰ ਲੱਗਦਾ ਇਹੋ ਜਿਹਾ ਕੁਛ ਹੈ? ਨਹੀਂ ਵੀਰ ਜੀ, ਇਹੋ ਜਿਹਾ ਕੁਛ ਨਹੀਂ ਹੈ, ਮੈਡੀਕਲ ਸਟੋਰ ਤਾਂ ਫਾਦਰ ਇਲਾ ਦੀ ਡੈਥ ਹੋ ਗਈ ਉੱਥੇ, ਉਸੇ ਕਰਕੇ ਮਨ ਨਹੀਂ ਲੱਗਿਆ, ਉੱਥੇ ਆਪਣਾ ਛੱਡ ਕੇ ਸੀ ਬੈਠ ਕੇ, ਫਿਰ ਅਸੀਂ ਦੁਕਾਨ ਵੀ ਛੱਡਤੀ ਆਪਣਾ, ਸਾਨੂੰ BMS ਦਾ ਇਹਨਾਂ ਨੂੰ ਡਿਗਰੀ ਦਾ ਲਾਇਸੈਂਸ ਮਿਲ ਗਿਆ ਸੀ, ਕਹਿੰਦੇ ਚਲੋ ਥੋੜ੍ਹੀ ਦੇਰ ਕੰਮ ਕਾਰ ਕਰਿਆ, ਪ੍ਰੈਕਟਿਸ ਬਹੁਤ ਹੋ ਗਈ, ਕਹਿੰਦੇ ਮੇਰੀ ਮੈਂ ਆਪਣਾ ਕੰਮ ਕਰ ਲੈਂਦਾ, ਮੈਂ ਕਿਹਾ ਚਲੋ ਆਪਾਂ ਦੋਵੇਂ ਕਰਦੇ ਹਾਂ, ਮੈਂ ਵੀ ਬਰਾਬਰ ਦੁਕਾਨ ਕਰ ਲਈ, ਉਹਨਾਂ ਨੇ ਵੀ ਕਰ ਲਈ, ਅਸੀਂ ਤਾਂ ਆਪਣੇ ਕੰਮਾਂ 'ਚ ਲੱਗ ਗਏ ਦੋਵੇਂ ਜਣੇ। ਸੁਭਾਅ ਉਹਨਾਂ ਦਾ ਸੀਗਾ ਗੁੱਸੇ ਵਾਲਾ ਜਾਂ ਬਹੁਤ ਛੇਤੀ ਕਿਸੇ ਤਾਂ ਰਿਐਕਟ ਕਰਦੇ ਜਾਂ ਝਗੜਾ ਕਰਦੇ, ਕੁਛ ਇਹੋ ਜਿਹਾ ਸੀਗਾ? ਨਹੀਂ ਜੀ, ਕੋਈ ਇਹੋ ਜਿਹੀ ਗੱਲ ਨਹੀਂ ਹੋਈ, ਕਦੇ ਪਰਿਵਾਰ ਵਿੱਚ ਇੱਦਾਂ ਦੀ ਗੱਲ ਨਹੀਂ ਹੋਈ। ਕੋਈ ਮਾਨਸਿਕ ਤਣਾਅ ਸੀਗਾ ਜਿਹਦੇ ਕਰਕੇ ਇਹੋ ਜਿਹਾ ਕਦਮ ਚੱਕਣਾ ਪਿਆ ਹੁਣ? ਵੀਰ ਜੀ ਮੈਨੂੰ ਤਾਂ ਪਤਾ ਲੱਗਦਾ ਕੋਈ ਇਹੋ ਜਿਹੀ ਗੱਲ ਹੁੰਦੀ, ਕੋਈ ਪਤਾ ਨਹੀਂ, ਘਰ 'ਤੇ ਖੁਸ਼ ਗਏ ਹਾਂ, ਮੈਂ ਤਾਂ ਆਪਣੇ ਕੱਪੜੇ ਲੀੜੇ ਮੰਗੇ ਪਾਏ ਗਏ ਨੇ, ਮੈਂ ਕੰਮ ਚੱਲਿਆ, ਮੈਂ ਆਇਆ। ਫਾਈਨੈਂਸ਼ੀਅਲ ਕੰਡੀਸ਼ਨ ਤੁਹਾਡੇ ਘਰ ਦੀ ਕਿਹੋ ਜਿਹੀ ਹੈ? ਵੀਰ ਜੀ ਠੀਕ ਠੀਕ ਆ, ਨਾ ਹੀ ਅਸੀਂ ਬਹੁਤਾ ਨੀਵੇਂ ਆ, ਨਾ ਹੀ ਬਹੁਤਾ ਅਸੀਂ ਉੱਚੇ ਆ। ਮਤਲਬ ਇਹ ਤਾਂ ਨਹੀਂ ਕਹਿ ਸਕਦੇ ਕਿ ਫਾਈਨੈਂਸ਼ੀਅਲ ਕੰਡੀਸ਼ਨ ਖਰਾਬ ਹੋਣ ਕਰਕੇ ਉਹਨਾਂ ਨੂੰ ਉਹ ਚੀਜ਼ ਯਾਦ ਆ ਗਈ ਹੋਵੇ ਕਿ 10 ਸਾਲ ਪਹਿਲਾਂ ਜਿਹੜੀ ਰੇਟ ਸੀਗੀ ਉਹਦੇ ਕਰਕੇ ਫਾਈਨੈਂਸ਼ੀਅਲ ਕੰਡੀਸ਼ਨ ਖਰਾਬ ਹੋਈ? ਗੱਲ ਨਹੀਂ ਹੈ ਵੀਰ ਜੀ, ਬੱਚਿਆਂ ਦੀਆਂ ਫੀਸਾਂ ਭਰਦੇ, ਮੈਂ ਸਵੇਰੇ 6 ਵਜੇ ਤੋਂ ਬੈਠ ਕੇ ਦੁਕਾਨ 'ਤੇ, ਰਾਤ 10 ਵਜੇ ਤੱਕ ਅਸੀਂ ਦੁਕਾਨ ਵਧਾਉਂਦੀ, ਮੈਂ ਤਾਂ 10 ਵਜੇ ਤੱਕ, ਅਸੀਂ 10 ਵਜੇ ਤੱਕ ਮੈਂ ਕਰਦੀ ਕੰਮ, ਮੇਰੀਆਂ ਕੁੜੀਆਂ ਮੁੰਡੇ ਮੇਰਾ ਸਾਊ ਸਾਰੇ ਅਸੀਂ ਮਿਹਨਤ ਕਰਨ ਵਾਲੇ। 32 ਬੋਰ ਦਾ ਪਿਸਟਲ ਸੀਗਾ ਉਹਨਾਂ ਦੇ ਕੋਲ, ਉਸਦੇ ਬਾਰੇ ਤੁਹਾਨੂੰ ਕੁਛ ਪਤਾ ਸੀਗਾ? ਕੋਈ ਪਤਾ ਨਹੀਂ ਸੀ ਵੀਰ ਜੀ, ਕੋਈ ਪਤਾ ਨਹੀਂ ਸੀ, ਘਰ 'ਚ ਲਈ ਦਾ ਪਤਾ ਨਾ ਸਾਨੂੰ ਕਿਤੇ, ਐਂ ਪਤਾ ਵੀ ਘਰ 'ਚ ਹੈਗੀ ਆ ਕੋਈ। ਕਿੰਨੇ ਬੱਚੇ ਨੇ ਤੁਹਾਡੇ? 2 ਬੇਟੀਆਂ ਜੀ, 1 ਬੇਟਾ। ਤੇ ਕਿੰਨੇ ਪੜ੍ਹੇ ਹੋਏ ਨੇ ਦੋਵੇਂ? ਬੜੀ ਬੇਟੀ 21 ਸਾਲ ਦੀ ਹੈ, 21ਵਾਂ ਲੱਗਿਆ, ਬੇਟੇ ਨੂੰ 20ਵਾਂ ਲੱਗਿਆ ਵਾ, ਛੋਟੀ ਕੁੜੀ 18 ਸਾਲ ਦੀ ਹੈ, 18ਵਾਂ ਲੱਗਿਆ ਹੋਇਆ। ਇਨਵੈਸਟੀਗੇਸ਼ਨ 'ਚ ਕਿਹਾ ਜਾ ਰਿਹਾ ਕਿ ਕੁਛ ਪੁਰਾਣੇ ਰੰਜੇ ਸੀਗੇ, ਤੁਸੀਂ ਕੀ ਕਹੋਗੇ, ਤੁਹਾਨੂੰ ਕੀ ਲੱਗਦਾ ਕੀ ਕਾਰਨ ਵਸ਼ ਉਹਨਾਂ ਨੇ ਕਿਹੋ ਜਿਹਾ? ਸਾਨੂੰ ਉਹਨਾਂ ਦਾ ਵੀ ਦੁੱਖ, ਮੈਨੂੰ ਆਪਣੇ ਆਦਮੀ ਦਾ ਵੀ ਦੁੱਖ, ਦੋਨੇ ਘਰ ਬਰਬਾਦ ਹੋ ਗਏ, ਕੋਈ ਇਹੋ ਜਿਹੀ ਗੱਲ ਨਹੀਂ, ਕੋਈ ਰੰਜਿਸ਼ ਨਹੀਂ। ਆ ਸੀਗੇ ਸਾਡੇ ਨਾਲ ਬਲਵਿੰਦਰ ਸਿੰਘ ਜੀ ਦੀ ਪਤੀ, ਜਿਨ੍ਹਾਂ ਨੇ ਦੱਸਿਆ, ਬਲਵਿੰਦਰ ਸਿੰਘ ਜੀ ਦੀ ਪਤਨੀ, ਜਿਨ੍ਹਾਂ ਨੇ ਦੱਸਿਆ ਕਿ ਇਹੋ ਜਿਹੀ ਕੋਈ ਗੱਲ ਨਹੀਂ ਸੀਗੀ, ਕਦੇ ਕਿਸੇ ਚੀਜ਼ 'ਤੇ ਗੁੱਸਾ ਨਹੀਂ ਕਰਦੇ ਸੀਗੇ, ਸ਼ਾਂਤ ਸੁਭਾਅ ਸੀਗਾ, ਅਤੇ ਨਾਲ ਹੀ ਜੇ ਗੱਲ ਕਰੀਏ ਫਾਈਨੈਂਸ਼ੀਅਲ ਕੰਡੀਸ਼ਨ ਦੀ, ਫਾਈਨੈਂਸ਼ੀਅਲ ਕੰਡੀਸ਼ਨ ਵੀ ਠੀਕ ਸੀਗੀ, ਅਤੇ ਲੇਕਿਨ ਜਿਹੜੀ ਕਿ ਮਾਨਸਿਕਤਾ ਜਿਹੜੀ ਸੀ, ਜਿਹੜਾ ਕਿ ਮੈਂਟਲ ਪ੍ਰੈਸ਼ਰ ਸੀਗਾ, ਕਿਹੜਾ ਇਹੋ ਜਿਹਾ ਤਣਾਅ ਸੀਗਾ ਜਿਹਦੇ ਕਰਕੇ ਇਹੋ ਜਿਹਾ ਕਦਮ ਚੱਕਣਾ ਪਿਆ ਬਲਵਿੰਦਰ ਸਿੰਘ ਜੀ ਨੂੰ, ਉਹ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਪਤਾ ਲੱਗ ਸਕੇਗਾ। ਕੈਮਰਾਮੈਨ ਦੀਪਕ ਦੇ ਨਾਲ ਅਨਮੋਲ ਸਿੰਘ ਗੁਲਾਟੀ, ਦੈਨਿਕ ਸਵੇਰਾ, ਮੋਰਿੰਡਾ। ਜੇਕਰ ਤੁਹਾਡੇ ਆਸ ਪਾਸ ਹੋ ਰਹੀ ਹੈ ਚੋਣ ਜ਼ਾਬਤੇ ਦੀ ਉਲੰਘਣਾ ਜਾਂ ਫਿਰ ਵਾਪਰ ਰਹੀ ਹੈ ਕੋਈ ਵੱਡੀ ਘਟਨਾ, ਤਾਂ ਚੱਕੋ ਮੋਬਾਈਲ ਅਤੇ ਦੈਨਿਕ ਸਵੇਰਾ ਦੇ ਇਸ ਮੋਬਾਈਲ ਨੰਬਰ 'ਤੇ ਦਿਓ ਪੂਰੀ ਜਾਣਕਾਰੀ। ਦੈਨਿਕ ਸਵੇਰਾ ਬਣੇਗਾ ਤੁਹਾਡੀ ਆਵਾਜ਼।
ते नशर करेगा तुहाडी हर समस्या। इस दे नाल ही लोक सभा 2019 दी हर अपडेट देखण दे लई सबसक्राइब करो दैनिक सवेरा दा ऑफिशियल यूट्यूब चैनल ते लाइक करो दैनिक सवेरा दा ऑफिशियल फेसबुक पेज। पेज नूं लाइक करन दे लई ते चैनल नूं सबसक्राइब करन दे लई डिस्क्रिप्शन च दित्ते लिंक ते करो क्लिक ते तुरंत पाओ इन्हां चोणां दी हर जानकारी।